ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਜੀ ਸ਼ੁਕਰੀਆ ਪੰਨੂ ਸਾਹਿਬ ਗੱਲਾਂ ਅੱਜ ਕਾਫੀ ਕਰਨ ਵਾਲੀਆਂ ਨੇ ਵੈਸੇ ਤਾਂ ਸਮਝ ਨਹੀਂ ਆਉਂਦੀ ਕਿੱਧਰੋਂ ਸ਼ੁਰੂ ਕਰਾਂ ਪਰ ਮੈਂ ਚਾਹੁੰਦਾ ਚਲੋ ਜਿਵੇਂ ਸਰਕਾਰਾਂ ਬਣੀਆਂ ਅਤੇ ਸਰਕਾਰਾਂ ਨੇ ਅਚਾਨਕ ਤੋਂ ਗੇਰ ਲਾਇਆ ਕਿਸਾਨ ਕਰਜ਼ੇ ਮਾਫ਼ ਕਰਨ ਵਾਲਾ ਆਪਾਂ ਉੱਧਰੋਂ ਸ਼ੁਰੂ ਕਰ ਲੈਂਦੇ ਹਾਂ ਕਿ ਜਿਵੇਂ ਨਵੀਆਂ ਸਰਕਾਰਾਂ ਦੇ ਵਿੱਚ ਰਾਹੁਲ ਗਾਂਧੀ ਦੇ ਵਾਅਦੇ ਅਨੁਸਾਰ ਉਹਨਾਂ ਨੇ ਕੁਝ ਘੰਟਿਆਂ ਦੇ ਵਿੱਚ ਹੀ ਕਿਸਾਨ ਕਰਜ਼ੇ ਮਾਫ਼ੀ ਦਾ ਐਲਾਨ ਕੀਤਾ ਉਹਦੇ ਵੱਲ ਵੇਖਾ ਵੇਖੀ ਹੁਣ ਭਾਜਪਾ ਸਰਕਾਰਾਂ ਵੀ ਸ਼ੁਰੂ ਹੋ ਗਈਆਂ ਆਸਾਮ ਗੁਜਰਾਤ ਦੀ ਗੱਲ ਵੀ ਚੱਲਣ ਲੱਗ ਪਈ ਇਹਨੂੰ ਕਿਵੇਂ ਦੇਖਦੇ ਹੋ 2019 ਦੀਆਂ ਇਲੈਕਸ਼ਨਾਂ ਦੇ ਨੇੜੇ ਕਿਸਾਨਾਂ ਦਾ ਚੇਤਾ ਹੈ ਜਾਂ ਫਿਰ ਕੁਛ ਨਾ ਕੁਛ ਅੰਦਰ ਹੇਜ ਹੈਗਾ ਕਿ ਵਾਕਿਆ ਉਹ ਲੋਕ ਮਰ ਰਹੇ ਨੇ ਕੁਛ ਸੋਚੀਏ ਦੇਖੋ ਕਿਸਾਨ ਮਰ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਪਰ ਕਿਸਾਨ ਦੇ ਮਰਨ ਦੇ ਕਾਰਨਾਂ 'ਚ ਕਈ ਕਾਰਨ ਨੇ ਕਿਸਾਨ ਤਾਂ ਬ੍ਰਿਟੇਨ ਦੇ ਵਿੱਚ ਵੀ ਇੰਗਲੈਂਡ ਵਿੱਚ ਵੀ ਵੇਲਸ ਵਿੱਚ ਸਕਾਟਲੈਂਡ 'ਚ ਹੋਰ ਦੇਸ਼ਾਂ ਵਿੱਚ ਵੀ ਦੁਖੀ ਹੈ ਪਰ ਉਹ ਦੁਖੀ ਇਸ ਕਰਕੇ ਹੁੰਦਾ ਜਾਂ ਤਾਂ ਕਿ ਕੁਦਰਤੀ ਕਰੋਪੀ ਅਚਾਨਕ ਕਿਤੇ ਪੈ ਜਾਂਦੀ ਫਸਲ ਤਬਾਹ ਹੁੰਦੀ ਹੈ ਜਾਂ ਇਸ ਕਰਕੇ ਹੁੰਦਾ ਕਿ ਉਹਦੀ ਫਸਲ ਜ਼ਰੂਰਤ ਤੋਂ ਜ਼ਿਆਦਾ ਆ ਜਾਂਦੀ ਹੈ ਅਤੇ ਭਾਗ ਡਿੱਗ ਪੈਂਦਾ ਸਾਡੇ ਪੰਜਾਬ ਵਿੱਚ ਕਿਸਾਨ ਹੋਰ ਗੱਲਾਂ ਤੋਂ ਦੁਖੀ ਹੈ ਇੱਥੇ ਸਭ ਤੋਂ ਵੱਧ ਦੁਖੀ ਇਸ ਕਰਕੇ ਹੈ ਕਿ ਆੜ੍ਹਤੀਆਂ ਦਾ ਸੂਦਖੋਰਾਂ ਦਾ ਕਰਜ਼ਾ ਪੈਰੋ ਪੈਰ ਵੱਧਦਾ ਜਾ ਜੀ ਉਹਦੇ ਨਾਲ ਹੌਸਲੇ ਡਿੱਗੇ ਪਏ ਕਿਸਾਨੀ ਦੇ ਜਿਹਨੂੰ ਤੁਸੀਂ ਅੰਨਦਾਤਾ ਕਹਿੰਦੇ ਉਹ ਦਾਤਾ ਆਪ ਦਾਣੇ ਦਾਣੇ ਨੂੰ ਤਰਸਣ ਲੱਗ ਪਿਆ ਕਰਜ਼ੇ ਦੇ ਬੋਝ ਥੱਲੇ ਦੱਬਿਆ ਪਿਆ ਫਿਰ ਇਹੋ ਜਿਹੇ ਮੌਕੇ 'ਤੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਸੀ ਜੀ ਜਦੋਂ ਉਹਨੂੰ ਪਾਂਡੀ ਪਾਤਸ਼ਾਹ ਕਹਿੰਦੇ ਇੱਕ ਗਰੀਬ ਦੇ ਘਰ ਪੰਡ ਵੀ ਛੱਡਣ ਗਿਆ ਸੀ ਦਾਣਿਆਂ ਦੀ ਜੀ ਅਤੇ ਉਹ ਜਿਹੜੀ ਕੀਤੀ ਸੀ ਅੱਜ ਦੀਆਂ ਸਰਕਾਰਾਂ ਵੀ ਕਰਨ ਪਰ ਮਦਦ ਇਹ ਨਾ ਕਰਨ ਕਿ ਤੁਹਾਡੀ ਅਸੀਂ ਬਿਜਲੀ ਦੀ ਸਬਸਿਡੀ ਇੰਨੀ ਵਧਾ ਦਿੱਤੀ ਬਿਜਲੀ ਮੁਫਤ ਕਰ ਦਿੱਤੀ ਕਰਜ਼ਾ ਮਾਫ਼ ਕਰਤਾ ਇਹ ਕਰ ਦਿਓ ਇਹ ਵਕਤੀ ਕੰਮ ਨੇ ਜੀ ਉਹਨਾਂ ਦੇ ਵਾਸਤੇ ਇਹੋ ਜਿਹਾ ਪ੍ਰਬੰਧ ਕਰੋ ਜਿਹਦੇ 'ਚੋਂ ਲਗਾਤਾਰ ਉਹਨਾਂ ਦੀ ਰੋਜ਼ੀ ਉਪਜੇ ਉਹਨਾਂ ਨੂੰ ਖੇਤੀ ਦੇ ਨਵੇਂ ਢੰਗ ਦੱਸੋ ਜਦੋਂ ਅਸੀਂ ਛੋਟੇ ਸੀ ਉਦੋਂ ਖੇਤੀ ਇੰਸਪੈਕਟਰ ਅਤੇ ਗ੍ਰਾਮ ਸੇਵਕ ਪਿੰਡਾਂ 'ਚ ਜਾਂਦੇ ਸੀ ਜੇ ਕੋਈ ਝੋਨਾ ਲਾਉਂਦਾ ਹੋਵੇ ਅਤੇ ਆਪਣਾ ਸਾਈਕਲ ਵੱਟ ਦੇ ਉੱਤੇ ਰੋਕ ਕੇ ਕੁੜਤਾ ਪਜਾਮਾ ਲਾ ਕੇ ਉਹਦੇ ਹੈਂਡਲ ਨਾਲ ਟੰਗ ਦਿੰਦੇ ਸੀ ਅਤੇ ਆਪ ਖੇਤ ਵਿੱਚ ਵੜ ਕੇ ਦੱਸਦੇ ਸੀ ਇੱਦਾਂ ਨਹੀਂ ਇੱਦਾਂ ਲਾ ਨਵੀਆਂ ਕਿਸਮਾਂ ਆਈਆਂ ਸੀ ਅੱਜ ਗ੍ਰਾਮ ਸੇਵਕ ਅਤੇ ਖੇਤੀ ਇੰਸਪੈਕਟਰ ਅੱਜ ਸਾਰੇ ਹੀ ਮਹਿਕਮੇ ਕਾਰਾਂ ਘੂਕਦੀਆਂ ਤੋਂ ਲੰਘਦੇ ਆ ਅਤੇ ਕਿਸਾਨਾਂ ਦੇ ਘਰਾਂ ਵਿੱਚ ਵੀ ਫਿਰ ਜਿਹੜੇ ਨਵੇਂ ਬੱਚੇ ਉਹ ਕਹਿੰਦੇ ਕੰਮ ਕਾਰ ਨਹੀਂ ਕਰਨਾ ਅਤੇ ਕਰਨੀ ਜੈਂਟਲਮੈਨੀ ਜੀ ਸਾਨੂੰ ਸਾਰਿਆਂ ਨੂੰ ਵਰਕ ਕਲਚਰ ਵਾਲੇ ਪਾਸੇ ਵੀ ਆਉਣਾ ਪਵੇਗਾ ਅਤੇ ਉਹ ਤਾਂ ਆ ਸਕਦੇ ਹਾਂ ਜੇ ਸਰਕਾਰਾਂ ਇਸ ਪਾਸੇ ਨੂੰ ਤੁਰਨ ਬੀਬੀ ਰਜਿੰਦਰ ਕੌਰ ਭੱਠਲ 3 ਮਹੀਨਿਆਂ ਲਈ ਮੁੱਖ ਮੰਤਰੀ ਬਣੀ ਇਹਨੇ ਆਖਿਆ ਮੈਂ ਬਿਜਲੀ ਦੇ ਬਿੱਲ ਮਾਫ਼ ਕਰ ਦੂੰ ਜੀ ਲੋਕਾਂ ਆਖਿਆ ਮਜ਼ਾਕ ਕਰਦੀ ਆ ਖਜ਼ਾਨੇ 'ਚ ਪੈਸਾ ਨਹੀਂ ਕਿੱਥੋਂ ਕਰ ਦੂੰ ਪਰ ਉਹਦੇ ਤੋਂ ਇੱਕ ਹਫ਼ਤਾ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਤਾਂ ਮੈਂ ਮਾਫ਼ ਕਰ ਦੂੰ ਲੋਕਾਂ ਆਖਿਆ ਉਹ ਵੀ ਕਹਿੰਦੀ ਇਹ ਵੀ ਕਹਿੰਦਾ ਸੱਚੀ ਮੁੱਚੀ ਹੋ ਜੂ ਇਹਨੇ ਆ ਕੇ ਕਰ ਵੀ ਦਿੱਤੇ ਖਜ਼ਾਨੇ 'ਤੇ ਬੋਝ ਪੈ ਗਿਆ ਕਿਸਾਨਾਂ ਦੇ ਜਿਹੜੇ ਬਿਜਲੀ ਦੇ ਬਿੱਲ ਮਾਫ਼ ਕੀਤੇ ਸੀ ਉਹਦਾ ਕਿੰਨਾ ਕੁ ਫਾਇਦਾ ਹੋਇਆ ਜੀ ਅੰਨੇ ਵਾਹ ਪਾਣੀ ਚੱਲਣ ਲੱਗ ਪਿਆ ਪਾਣੀ ਦਾ ਪੱਧਰ ਥੱਲੇ ਡਿੱਗ ਪਿਆ ਕਿਸਾਨ ਤਾਂ ਉਦੋਂ ਵੀ ਕਰਜ਼ੇ ਥੱਲੇ ਸੀ ਕਿਸਾਨ ਅੱਜ ਵੀ ਕਰਜ਼ੇ ਥੱਲੇ ਜੀ ਹੋਰ ਦੇ ਦਿਓ ਕਰਜ਼ੇ ਥੱਲੇ ਜਾਵੇਗਾ ਕਿਸਾਨ ਦੀਆਂ ਹੋਰ ਲੋੜਾਂ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਹੁਣ ਆ ਕੇ ਜਦੋਂ ਰਾਹੁਲ ਗਾਂਧੀ ਨੇ ਕਿਹਾ ਤਾਂ ਸਭ ਥਾਵਾਂ 'ਤੇ ਕਿ ਮੇਰੀਆਂ ਸਰਕਾਰਾਂ ਕਰਜ਼ਾ ਮਾਫ਼ ਕਰਨਗੀਆਂ ਅਤੇ ਪਿਛਲੇ ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਇਹਨੇ ਪੰਜਾਬ 'ਚ ਕੋਆਪਰੇਟਿਵ ਦਾ ਕਰਜ਼ਾ ਮਾਫ਼ ਕੀਤਾ ਭਾਵੇਂ 2-2 ਲੱਖ ਤੱਕ ਕੀਤਾ ਪਰ ਕੀਤਾ ਨਾ ਸਰਕਾਰੀ ਬੈਂਕਾਂ ਦਾ ਕੀਤਾ ਫਿਰ ਪ੍ਰਾਈਵੇਟ ਦਾ ਕਰਨਾ ਸ਼ੁਰੂ ਕਰਤਾ ਕਮਲਨਾਥ ਦੀ ਸਰਕਾਰ ਬਣੀ ਮੱਧ ਪ੍ਰਦੇਸ਼ 'ਚ ਬਣਦਿਆਂ ਸਾਰ 1 ਘੰਟੇ ਦੇ ਅੰਦਰ ਅੰਦਰ ਫਾਈਲ ਮੰਗਾ ਕੇ ਪਹਿਲਾ ਕੰਮ ਕੀਤਾ ਦਸਕ ਕਰਤੇ ਇਹ ਕਿਸਾਨਾਂ ਦਾ ਕਰਜ਼ਾ ਮਾਫ਼ ਛੱਤੀਸਗੜ੍ਹ ਦੇ ਵਿੱਚ ਇਹਨਾਂ ਦੇ ਭੁਪੇਸ਼ ਦੀ ਸਰਕਾਰ ਬਣੀ ਹੈ ਭੁਪੇਸ਼ ਨੇ ਆਉਂਦੇ ਸਾਰ ਹੀ ਪਹਿਲਾ ਕੰਮ ਕੀਤਾ ਕਿ ਆਖਿਆ 2-2 ਲੱਖ ਰੁਪਏ ਤੱਕ ਕਰਜ਼ਾ ਮਾਫ਼ ਉਹ ਵੀ ਕਰਜ਼ਾ ਮਾਫ਼ ਕਰਨ ਤੁਰ ਪਿਆ ਜੀ ਬੀ ਜੇ ਪੀ ਵਾਲਿਆਂ ਨੇ ਆਖਿਆ ਇਹ ਕਰਜ਼ੇ 'ਤੇ ਮਾਫ਼ ਕਰਦੇ ਆ ਖਜ਼ਾਨੇ 'ਤੇ ਬੋਝ ਪਊ ਅਤੇ ਪੱਤਰਕਾਰਾਂ ਨੇ ਆਖਿਆ ਕਿ ਜਦੋਂ ਤੁਸੀਂ ਬਿਜਲੀ ਦੇ ਬਿੱਲ ਮਾਫ਼ ਕੀਤੇ ਸੀ ਪੰਜਾਬ ਵਿੱਚ ਅਤੇ ਹੋਰਨਾਂ ਥਾਵਾਂ 'ਤੇ ਉਦੋਂ ਖਜ਼ਾਨੇ 'ਤੇ ਬੋਝ ਨਹੀਂ ਸੀ ਪਿਆ ਇੱਕ ਦਿਨ ਬੁੜਬੁੜ ਕਰਦੇ ਰਹੇ ਫਿਰ ਆਪਣੀ ਪਾਰਟੀ ਦੀ ਮੀਟਿੰਗ ਲੱਗੀ ਉਹਦੇ ਵਿੱਚ ਸੋਚਿਆ ਕਿ ਜੇ ਅਸੀਂ ਇਸ ਤਰ੍ਹਾਂ ਕਰਦੇ ਰਹੇ ਤਾਂ ਅਗਲੇ ਸਾਲ ਲੋਕ ਸਭਾ ਦੀਆਂ ਚੋਣਾਂ ਕਿੱਦਾਂ ਜਿੱਤਣੀਆਂ ਜੀ ਸਿਰਫ 24 ਘੰਟੇ ਲੰਘੇ ਅਤੇ ਬੀਜੇਪੀ ਨੂੰ ਭਾਜੜਾਂ ਪੈ ਗਈਆਂ ਗੁਜਰਾਤ ਦੇ ਵਿੱਚ ਬਿਜਲੀ ਦੇ ਬਿੱਲ ਮਾਫ਼ ਕਰਤੇ ਜਿਨ੍ਹਾਂ ਦੇ ਪਿਛਲੇ ਬਕਾਏ ਅਟਕੇ ਹੋਏ ਸੀ ਅਤੇ ਬਕਾਇਆਂ ਦਾ ਕਰਕੇ ਕਨੈਕਸ਼ਨ ਕੱਟ ਦਿੱਤੇ ਸੀ
ਉਹ ਵੀ ਸਾਰੇ ਦੇ ਸਾਰੇ ਆਖਿਆ ਜੀ ਬਕਾਏ ਵੀ ਮਾਫ਼ ਜੀ। ਜਿਹੜੇ ਕਨੈਕਸ਼ਨ ਕੱਟੇ ਆ ਉਹ ਵੀ ਸਰਕਾਰ ਬਿਜਲੀ ਮਹਿਕਮਾ ਆਪਣੇ ਖਰਚੇ ਦੇ ਉੱਤੇ ਤਾਰਾਂ ਪਾ ਕੇ ਚਲਾ ਕੇ ਆਵੇਗਾ। ਆਸਾਮ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਉਹਨਾਂ ਆਖਿਆ 2 ਲੱਖ ਰੁਪਈਏ ਤੱਕ ਕਰਜ਼ੇ ਮਾਫ਼ ਜੀ। ਇਹ ਤਾਂ ਹੁਣ ਛੇੜ ਛਲਪੀ ਆ, ਤੁਸੀਂ ਸਮਝ ਲਓ ਸਾਈਕਲ ਸਟੈਂਡ 'ਤੇ ਸਾਈਕਲ ਖੜ੍ਹੇ ਹੋਣੇ, ਇੱਕ ਛੇੜਦੇ ਹੋ ਡਿੱਗੇ ਨਾ, ਸਾਰੇ ਹੌਲੀ ਹੌਲੀ ਡੇਗ ਦਿੰਦਾ ਜੀ, ਹੁਣ ਸਾਰੇ ਉਸ ਪਾਸੇ ਨੂੰ ਜਾਣੇ। ਪਰ ਇਹਦੇ ਬਾਅਦ ਵੀ ਕਿਸਾਨੀ ਕਰਜ਼ੇ ਥੱਲੇ ਨਹੀਂ ਨਿਕਲਣੇ। ਉਹਦੇ ਉੱਤੇ ਸਭ ਤੋਂ ਵੱਡਾ ਕਰਜ਼ਾ ਸ਼ਾਹੂਕਾਰਾਂ ਕਰਜ਼ਾ ਜੀ, ਸੂਦਖੋਰਾਂ ਦਾ ਕਰਜ਼ਾ, ਆੜ੍ਹਤੀਆਂ ਦਾ ਕਰਜ਼ਾ, ਉਹਦੇ ਵਾਸਤੇ ਕਿਸੇ ਦਾ ਧਿਆਨ ਨਹੀਂ। ਔਰ ਉਦੋਂ ਵੀ ਵੱਡੀ ਗੱਲ ਕਿ ਕਿਸਾਨੀ ਦੀ ਜਿਹੜੀ ਆਮਦਨ ਵਧਾਉਣ ਵਾਸਤੇ ਕੁਝ ਕੀਤਾ ਜਾਵੇ ਉਹ ਕੁਛ ਨਹੀਂ ਹੋ ਰਿਹਾ। ਵੋਟਾਂ ਦੀ ਖਾਤਰ ਆ ਸਬਸਿਡੀਆਂ ਦਾ ਅਤੇ ਮਾਫੀਆਂ ਦਾ ਚੋਗਾ ਪਾਇਆ ਜਾ ਰਿਹਾ, ਆਟਾ ਧੂੜਿਆ ਜਾ ਰਿਹਾ ਜੀ। ਉਹ ਵੋਟਾਂ ਲੈਣ ਤੋਂ ਬਾਅਦ ਫਿਰ ਕਿਸੇ ਨੇ ਖਿਆਲ ਨਹੀਂ ਕਰਨਾ, ਫਿਰ ਅਗਲੀਆਂ ਚੋਣਾਂ 'ਚ ਜਾ ਕੇ ਲਾਰਾ ਲੱਗੇਗਾ ਤੁਹਾਡੇ ਕਰਜ਼ੇ ਮਾਫ਼ ਕਰਾਂਗੇ, ਕਿ ਇਹੋ ਕੁਝ ਕਰਦੇ ਰਹਿਣਾ, ਕੁਝ ਗਾਂਹ ਵੀ ਸੋਚਣਾ ਚਾਹੀਦਾ। ਕੁੱਲ ਮਿਲਾ ਕੇ 2019 ਜਿੱਤਣ ਦੇ ਲਈ ਕੋਸ਼ਿਸ਼ਾਂ ਨੇ, ਪਰ 2019 ਦੀ ਆਪਾਂ ਗੱਲ ਕਰਨ ਲੱਗੇ ਹਾਂ ਪੰਨੂ ਸਾਹਿਬ, ਅਤੇ ਉਦੋਂ ਕਹਿੰਦੇ ਵੀ ਪ੍ਰਧਾਨ ਮੰਤਰੀ ਚਲੋ ਭਾਜਪਾ ਵਾਲਿਆਂ ਕੋਲ ਤਾਂ ਹੈਗੇ ਹੀ ਮੋਦੀ ਸਾਹਿਬ, ਕਾਂਗਰਸ ਵਾਲਿਆਂ ਨੂੰ ਸ਼ਾਇਦ ਰਾਹੁਲ ਗਾਂਧੀ ਦੇ ਉੱਪਰ ਗੋਣਾ ਪਾਉਣ 'ਚ ਮੁਸ਼ਕਲ ਆਵੇ। ਕਹਿੰਦੇ 3-4 ਭਾਈਵਾਲ ਮੰਨਦੇ ਨਹੀਂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਨੂੰ। ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਕਿ ਇਹ ਮਤ ਸਮਝੋ ਕਿ ਬੀਜੇਪੀ ਵਾਲਿਆਂ ਕੋਲ ਮੋਦੀ ਸਾਹਿਬ ਹੈਗੇ ਆ ਜੀ, ਇਹ 1 ਹਫ਼ਤਾ ਪਹਿਲਾਂ ਦੀਆਂ ਗੱਲਾਂ ਸੀ ਜੀ। ਜਦੋਂ ਆ 5 ਰਾਜਾਂ ਦੇ ਚੋਣ ਨਤੀਜੇ ਆਏ ਆ, ਨਵਾਂ ਤੇਲੰਗਾਨਾ ਜਿੱਤਿਆ ਨਹੀਂ ਗਿਆ ਜੀ, ਨਵਾਂ ਮਿਜ਼ੋਰਮ ਜਿੱਤਿਆ ਨਹੀਂ ਗਿਆ, ਅਤੇ ਜਿਹੜੇ 3 ਆਪਣੇ ਕੋਲ ਸੀ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ, ਉਹ 3 ਬੀਜੇਪੀ ਗਵਾ ਬੈਠੀ ਹੈ ਜੀ। ਜਿੰਨੀਆਂ ਰੈਲੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀਆਂ ਉਹਨਾਂ 'ਚੋਂ 30% ਰੈਲੀਆਂ 'ਚ ਸੀਟਾਂ ਆਈਆਂ, ਬਾਕੀ ਖਾਲੀ ਲੋਕ ਆਏ ਮੋਦੀ ਮੋਦੀ ਕਰਕੇ ਤਾੜੀਆਂ ਮਾਰ ਕੇ ਚਲੇ ਗਏ, ਘੱਟਾ ਝਾੜ ਕੇ ਵੋਟਾਂ ਨਹੀਂ ਪਾਈਆਂ ਜੀ। ਯੋਗੀ ਆਦਿੱਤਿਆਨਾਥ ਨੇ ਜਿੱਥੇ ਆ ਕੇ ਆਖਿਆ ਸੀ ਅਲੀ ਅਤੇ ਬਲੀ ਦੀ ਲੜਾਈ ਹੈ, ਉਹ ਵੀ ਸੀਟ ਹਾਰ ਗਈ, ਮਾਰ ਖਾ ਗਿਆ। ਹੁਣ ਕੀ ਕਹਿੰਦੇ ਆ, ਚੋਣਾਂ 'ਚ ਕਹਿੰਦੇ ਸੀ ਕਿ ਚੋਣਾਂ ਲੰਘਣ ਤੋਂ ਬਾਅਦ ਦੂਰਬੀਨ ਲਾ ਕੇ ਵੇਖਿਓ ਕਾਂਗਰਸ ਕਿਤੇ ਦਿਸੇਗੀ ਨਹੀਂ ਜੀ। ਅਤੇ ਹੁਣ ਕਾਂਗਰਸ ਦੇ ਇੱਕ ਲੀਡਰ ਨੇ ਆਖਿਆ, ਕਹਿੰਦਾ ਅਮਿਤ ਸ਼ਾਹ ਨੂੰ ਮੈਂ ਦੂਰਬੀਨ ਘਲਾਉਣਾ, ਹਿੰਦੀ ਪੱਟੀ 'ਚ ਵੇਖੇ ਬੀਜੇਪੀ ਕਿੱਥੇ ਆ। ਅੱਛਾ, ਇਹ ਦੂਸਰੇ ਪਾਸੇ ਚੱਲ ਪਿਆ ਜੀ। ਇਹਦੇ ਤੋਂ ਬਾਅਦ ਇਸ ਘਬਰਾਹਟ ਵਿੱਚ ਬੀਜੇਪੀ ਦੀਆਂ ਮੀਟਿੰਗਾਂ ਹੋਈਆਂ, ਅਤੇ ਉਹਨਾਂ ਮੀਟਿੰਗਾਂ ਦੇ ਵਿੱਚ RSS ਦੇ ਕਿਸਾਨ ਵਿੰਗ ਦੇ ਇੱਕ ਲੀਡਰ ਨੇ ਕਹਿ ਦਿੱਤਾ ਕਿ ਜੇ ਬਚਣਾ ਤਾਂ RSS ਨੂੰ ਚਾਹੀਦਾ ਕਿ 2019 ਦੀਆਂ ਚੋਣਾਂ 'ਚ ਪ੍ਰਧਾਨ ਮੰਤਰੀ ਦੇ ਅਹੁਦੇ ਵਾਸਤੇ ਉਮੀਦਵਾਰ ਨਰਿੰਦਰ ਮੋਦੀ ਦੀ ਥਾਂ 'ਤੇ ਨਿਤਿਨ ਗਡਕਰੀ ਨੂੰ ਬਣਾਇਆ ਜਾਵੇ ਜੀ। ਨਿਤਿਨ ਗਡਕਰੀ ਉਹ ਬੰਦਾ ਜਿਹੜਾ ਨਾਗਪੁਰ ਦਾ RSS ਵਾਲਿਆਂ ਦੇ ਸਭ ਤੋਂ ਵੱਧ ਨੇੜੇ ਆ। 5 ਸਾਲ ਪਹਿਲਾਂ ਜਦੋਂ RSS ਦੀ ਬਿਲਡਿੰਗ ਉੱਥੇ ਨਾਗਪੁਰ ਵਾਲੀ ਖਰਾਬ ਹੋਈ ਪਈ ਸੀ, ਉਹਦੀ ਸਾਰੇ ਰੈਨੋਵੇਸ਼ਨ ਇਹਨੇ ਕਰਵਾ ਕੇ ਦਿੱਤੀ ਸੀ। ਇਹ ਵੀ ਹੋ ਸਕਦਾ ਕਿ ਕੱਲ੍ਹ ਨੂੰ ਕੋਈ ਕ੍ਰਿਸ਼ਮਾ ਹੋ ਜਾਵੇ, ਨਹੀਂ ਤਾਂ ਘੱਟੋ ਘੱਟ ਮੋਦੀ ਦੀਆਂ ਤੜਾਵਾਂ ਹੁਣ ਜ਼ਰੂਰ ਕੱਸਣਗੇ। ਆ ਗਈ ਗੱਲ ਰਾਹੁਲ ਗਾਂਧੀ ਦੀ ਜੀ, ਉਹ ਪਹਿਲਾਂ ਨਾਲੋਂ ਕੁਝ ਪੌੜੀਆਂ ਚੜਿਆ, ਅੱਗੇ ਉਹ ਕਹਿੰਦਾ ਸੀ ਅਗਲੀਆਂ ਚੋਣਾਂ 'ਚ ਮੈਂ ਫਿਰ ਪ੍ਰਧਾਨ ਮੰਤਰੀ ਬਣੂੰਗਾ ਜੀ। ਇਹ ਉਹ ਰਾਹੁਲ ਗਾਂਧੀ ਆ ਜਿਹਨੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬੈਠਿਆਂ ਤੋਂ ਭਰੇ ਸਟੇਡੀਅਮ 'ਚ ਆਖਿਆ ਸੀ ਪ੍ਰਧਾਨ ਮੰਤਰੀ ਬਣਨ ਦਾ ਕੀ ਆ, ਇਹ ਤਾਂ ਮੈਂ ਅੱਜ ਸ਼ਾਮ ਨੂੰ ਬਣ ਸਕਦਾ, ਇਹਦਾ ਮਤਲਬ ਪਤਾ ਕੀ ਸੀ, ਇਸ ਬੰਦੇ ਦਾ ਕੀ ਆ, ਇਹਨੂੰ ਤਾਂ ਮੈਂ ਅੱਜ ਸ਼ਾਮ ਨੂੰ ਉਠਾ ਦੂੰਗਾ ਜੀ। ਇਹ ਮਨਮੋਹਨ ਸਿੰਘ ਦੀ ਸਿੱਧੀ ਬੇਇੱਜ਼ਤੀ ਕਰਨ ਵਾਲੀ ਗੱਲ ਸੀ, ਪ੍ਰਧਾਨ ਮੰਤਰੀ ਬਣਨ ਦਾ ਕੀ ਆ, ਉਹ ਤਾਂ ਮੈਂ ਅੱਜ ਸ਼ਾਮ ਨੂੰ ਬਣ ਸਕਦਾ, ਯਾਨੀ ਇਹਦਾ ਕੀ ਹੈ, ਇਹ ਤਾਂ ਸੀਟ ਨਿੱਘੀ ਰੱਖਣ ਵਾਸਤੇ ਬਿਠਾਇਆ ਜੀ, ਐਵੇਂ ਕੋਈ ਸਵਾਰੀ ਆ ਕੇ ਬੱਸ ਦੇ ਵਿੱਚ ਇਸ ਸੀਟ 'ਤੇ ਬਹਿ ਨਾ ਜਾਵੇ, ਸੀਟ ਰਿਜ਼ਰਵ ਕੀਤੀ ਹੈ, ਇਹਨੂੰ ਬਿਠਾ ਦਿਆਂਗੇ, ਇੰਨੀ ਜ਼ਰੂਰੀ ਸੀ ਉਹ ਜੀ। ਅੱਜ ਕੱਲ੍ਹ ਉਹਨੂੰ ਜਦੋਂ ਵੀ ਪੁੱਛਿਆ ਜਾਂਦਾ ਉਹ ਕਹਿੰਦਾ ਇਹ ਫੈਸਲਾ ਗੱਠਜੋੜ ਦੇ ਲੀਡਰ ਕਰਨਗੇ, ਮੈਂ ਨਹੀਂ ਕਰੂੰਗਾ। ਹੁਣ ਆ 3 ਦਿਨ ਪਹਿਲਾਂ ਤਾਮਿਲਨਾਡੂ 'ਚ ਗਿਆ, ਮਰਹੂਮ ਨੇਤਾ ਕਰੁਣਾਨਿਧੀ ਬਹੁਤ ਵੱਡਾ ਲੀਡਰ ਸੀ ਜੀ, ਉਹਦੇ ਬੁੱਤ ਤੋਂ ਪਰਦਾ 'ਚ ਹਟਾਉਣਾ ਸੀ, ਉਹ ਸੋਨੀਆ ਗਾਂਧੀ ਨੇ ਹਟਾ ਦਿੱਤਾ, ਤਕਰੀਰ ਰਾਹੁਲ ਗਾਂਧੀ ਨੇ ਕਰਤੀ। DMK ਦੇ ਮੁਖੀ ਕਰੁਣਾਨਿਧੀ ਦਾ ਪੁੱਤਰ ਹੁਣ ਉਹਦੀ ਥਾਂ 'ਤੇ ਮੁਖੀ ਬਣਿਆ, ਪਿਓ ਦੀ ਮੌਤ ਤੋਂ ਬਾਅਦ ਸਟਾਲਿਨ, ਉਹਨੇ ਕਹਿ ਦਿੱਤਾ ਕਿ ਮੈਂ ਇਹ ਪਹਿਲ ਕਰਦਾ ਕਿ ਅਗਲੀਆਂ ਚੋਣਾਂ 'ਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਸਾਡੇ ਗੱਠਜੋੜ ਵੱਲੋਂ ਰਾਹੁਲ ਗਾਂਧੀ ਹੋਵੇਗਾ ਜੀ। ਲੋਕਾਂ ਤਾੜੀਆਂ ਮਾਰਤੀਆਂ, ਔਰ ਗੱਠਜੋੜ ਦੇ ਵਿੱਚ ਸਭ ਤੋਂ ਸਰਗਰਮ ਲੀਡਰ ਤੇਲਗੂ ਦੇਸਮ ਪਾਰਟੀ ਦਾ ਪ੍ਰਧਾਨ ਅਤੇ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਕੋਲ ਬੈਠਾ ਸੀ, ਬਾਕੀ ਪਾਰਟੀਆਂ ਕੋਲ ਬੈਠੇ ਸੀ, ਉਦੋਂ ਉੱਥੇ ਚੁੱਪ ਕੀਤੇ ਰਹੇ। ਅਗਲੇ ਦਿਨ ਤ੍ਰਿਣਮੂਲ ਕਾਂਗਰਸ ਨੇ, ਨੈਸ਼ਨਲਿਸਟ ਕਾਂਗਰਸ ਪਾਰਟੀ ਜਿਹੜੀ ਸ਼ਰਦ ਪਵਾਰ ਦੀ ਉਹਨੇ, ਕਮਿਊਨਿਸਟ ਪਾਰਟੀ ਨੇ, ਉਹਨਾਂ ਸਾਰਿਆਂ ਨੇ ਕਹਿ ਦਿੱਤਾ ਸੀ ਅਤੇ ਰਾਹੁਲ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਨਹੀਂ ਮੰਨਦੇ ਜੀ। ਆ ਚੰਗਾ ਕੀਤਾ ਕਮਿਊਨਿਸਟ ਪਾਰਟੀ ਨੇ ਵੀ ਕਹਿ ਦਿੱਤਾ, ਵੱਡੀ ਤਾਕਤ ਹੈ, ਇਹਨਾਂ ਨੂੰ ਤਾਂ ਜ਼ਰੂਰ ਕਹਿਣਾ ਚਾਹੀਦਾ ਸੀ, ਬਾਕੀ ਪਾਰਟੀਆਂ ਭਾਵੇਂ ਬਾਅਦ 'ਚ ਵੀ ਕਹਿ ਦੇਣ ਜੀ। ਇਹਨਾਂ ਗੱਲਾਂ ਨਾਲ ਕੋਈ ਫਾਇਦਾ ਨਹੀਂ ਹੋਣਾ, ਜਦੋਂ ਰਾਹੁਲ ਕਹਿੰਦਾ ਮੈਂ ਲੀਡਰ ਨਹੀਂ, ਜਦੋਂ ਕਹਿੰਦੇ ਗੱਠਜੋੜ ਦੇ ਲੀਡਰ ਫੈਸਲਾ ਕਰਨਗੇ, ਅਤੇ ਇੱਕੋ MK ਸਟਾਲਿਨ ਦੇ ਕਹਿਣ ਦੇ ਉੱਤੇ ਇਹੋ ਜਿਹੇ ਜਿਹੜੇ ਅੱਗੇ ਇਤਰਾਜ਼ ਕਰਨ ਦਾ ਫਾਇਦਾ ਕੋਈ ਨਹੀਂ ਸੀ,
ਚੋਣਾਂ ਲੜ ਲਓ, ਚੋਣਾਂ ਤੋਂ ਬਾਅਦ ਵੇਖਿਆ ਜਾਊਗਾ। ਫੈਸਲਾ ਤਾਂ ਗੱਠਜੋੜ ਨੇ ਕਰਨਾ, ਗੱਠਜੋੜ ਦੇ ਲੀਡਰ ਤਾਂ ਮਨਮੋਹਨ ਸਿੰਘ ਵੀ ਇਸੇ ਕਰਕੇ ਸਰਗਰਮ ਕਰਦੇ ਆ ਕਿ ਜੇ ਵੇਲੇ ਦੇ ਵੇਲੇ ਰਾਹੁਲ ਗਾਂਧੀ ਥਾਂ ਲਿਆਉਣਾ ਪਿਆ ਤਾਂ ਉਹਨੂੰ ਲੈ ਆਵਾਂਗੇ। ਇਹ ਫੈਸਲਾ ਗੱਠਜੋੜ ਕਰੇਗਾ, ਪਰਿਵਾਰ 'ਚ ਨਹੀਂ ਹੋਣ ਲੱਗਾ। ਕੇਜਰੀਵਾਲ ਹੋਰਾਂ ਨੇ ਚੱਪਲਾਂ ਪਾ ਕੇ ਉੱਥੇ ਗੇੜਾ ਮਾਰਿਆ, ਕਿਤੇ ਉਹਨਾਂ 'ਤੇ ਗੁਣਾ ਨਾ ਪੈ ਜਾਈ। ਕੇਜਰੀਵਾਲ 'ਤੇ ਪੈਂਦਾ ਪੈਂਦਾ ਕਿਸੇ ਦੁਰਗੇਸ਼ ਪਾਠਕ 'ਤੇ ਨਾ ਪੈਂਦਾ ਹੋਵੇ। ਹੁਣ ਸਭ ਅਗਲਾ ਸਵਾਲ ਮੈਂ ਪੁੱਛਣਾ ਚਾਹੁੰਦਾ ਕਿ ਵੀ ਅੱਜ ਕੱਲ੍ਹ ਤਾਂ ਨਵਾਂ ਰੌਲਾ ਪੈਣਾ ਸ਼ੁਰੂ ਹੋ ਗਿਆ ਜੀ, ਪੀ ਐੱਮ ਐੱਲ ਏ ਜਿਹੜੇ ਨੇ ਉਹਨਾਂ ਦੀਆਂ ਵਧੀਆਂ ਤਨਖਾਹਾਂ ਦੇ ਨਾਲ ਨਾਲ ਇਨਕਮ ਟੈਕਸ ਆਲਰੇਡੀ ਪੰਜਾਬ ਸਰਕਾਰ ਦਿੰਦੀ ਹੈ ਅਤੇ ਉਹਦਾ ਵੀ ਬੋਝ ਪੈ ਜਾਣਾ। ਪਹਿਲਾਂ ਤਾਂ ਇਹ ਕਲੀਅਰ ਕਰ ਦਿਓ ਕਿ ਵੀ ਇਹ ਤਨਖਾਹਾਂ ਵਧੀਆਂ ਜਾਂ ਨਹੀਂ ਵਧੀਆਂ, ਜਾਂ ਪ੍ਰਸਤਾਵ ਕਿੱਥੇ ਕੁ ਪਹੁੰਚਿਆ, ਅਤੇ ਜੇ ਚਲੋ ਜੋ ਵੀ ਬਣਦਾ ਉਹਦੇ ਜਿਹੜਾ ਇਨਕਮ ਟੈਕਸ ਪੰਜਾਬ ਸਰਕਾਰ ਦਿੰਦੀ ਹੈ ਐਟਲੀਸਟ ਇੰਨੀ ਆਮਦਨ ਹੋਣ ਦੇ ਬਾਵਜੂਦ, ਜੇ ਕਿਸੇ ਦੀ 50,000 ਤਨਖਾਹ ਹੋਵੇ ਤਾਂ ਉਹ ਵੀ ਬੰਦਾ ਆਪਣੇ ਪੱਲਿਓਂ ਆਮਦਨ ਕਰ ਭਰਦਾ, ਪਰ ਐੱਮ ਐੱਲ ਏ ਸਾਹਿਬਾਨ ਨੂੰ ਇੰਨੀਆਂ ਸਹੂਲਤਾਂ ਦੇ ਬਾਵਜੂਦ ਵੀ ਜਿਹੜਾ ਬੋਝ ਉਹ ਲੋਕਾਂ ਦੇ ਉੱਪਰ ਪੈ ਰਿਹਾ, ਇਹ ਸਾਰੇ ਕੁਛ ਨੂੰ ਕਿਵੇਂ ਦੇਖਦੇ ਹੋ? ਬਹੁਤ ਕੁਛ ਗਲਤ ਹੋ ਰਿਹਾ। ਜਿਹੜੇ ਐੱਮ ਐੱਲ ਏ ਅਤੇ ਪਾਰਲੀਮੈਂਟ ਮੈਂਬਰ ਵੀ ਨੇ, ਐੱਮ ਪੀ ਨੇ ਜੀ, ਇਹਨਾਂ ਦੇ ਕੋਲ ਇਹ ਮੌਜ ਹੈ ਕਿ ਜਿਹਦੇ ਨਾਲ ਦਿਲ ਕਰੇ ਆਪਣੀਆਂ ਤਨਖਾਹਾਂ ਆਪੇ ਵਧਾ ਸਕਦੇ ਜੀ। ਇੱਕ ਕਮੇਟੀ ਬਣਾਉਂਦੇ ਆ, ਕਮੇਟੀ ਵਿੱਚ ਕੋਈ ਅਫਸਰ ਨਹੀਂ ਪਾਉਣੇ, ਜੱਜ ਨਹੀਂ ਪਾਉਣੇ, ਆਪਣੇ ਵਿੱਚੋਂ 4-5 ਬੰਦੇ ਪਾ ਦਿੰਦੇ ਆ। ਉਹ ਫੈਸਲਾ ਕਰ ਦਿੰਦੇ ਆ ਕਿ ਐਨੀਆਂ ਐਨੀਆਂ ਤਨਖਾਹਾਂ ਵਧਾ ਦਿਓ। ਬਹੁਤ ਗਰੀਬੀ ਆ ਚੁਣੇ ਹੋਏ ਨੇਤਾਵਾਂ ਕੋਲ ਜੀ, ਕਰੋੜਪਤੀ ਨੇ, ਅਤੇ ਉਹ ਕਰੋੜਪਤੀ ਜਿਹੜੇ ਆ ਉਹਨਾਂ ਦੀਆਂ ਐਨੀਆਂ ਐਨੀਆਂ ਤਨਖਾਹਾਂ ਦੇ ਬਾਵਜੂਦ ਉਹ ਹੋਰ ਮੰਗੀ ਜਾਂਦੇ, ਹੋਰ ਮੰਗੀ ਜਾਂਦੇ, ਭੁੱਖ ਨਹੀਂ ਪੂਰੀ ਹੋ ਰਹੀ। ਅਗਲੀ ਗੱਲ ਇਹ ਆ ਕਿ ਜਿੰਨੀ ਤਨਖਾਹ ਉਹਨਾਂ ਨੂੰ ਮਿਲਦੀ ਆ ਉਹਦੇ ਵਿੱਚੋਂ ਵੀ ਇਨਕਮ ਟੈਕਸ ਦੇਣ ਨੂੰ ਤਿਆਰ ਨਹੀਂ ਜੀ। ਪੰਜਾਬ ਵਿੱਚ ਤਾਂ ਪਿਛਲੇ 10-12 ਸਾਲਾਂ ਤੋਂ ਉਹਨਾਂ ਦਾ ਇਨਕਮ ਟੈਕਸ ਪੰਜਾਬ ਸਰਕਾਰ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ 'ਚੋਂ ਜਿਹੜਾ ਖਜ਼ਾਨਾ ਭਰਦਾ ਉਹਦੇ ਵਿੱਚੋਂ ਦੇ ਰਹੀ ਹੈ ਜੀ। ਸਰਕਾਰ ਕਿਉਂ ਦੇ ਰਹੀ ਹੈ? ਨਹੀਂ ਦੇਣਾ ਚਾਹੀਦਾ, ਇਹ ਆਪੋ ਆਪਣਾ ਦੇਣ। ਮੈਨੂੰ ਪਤਾ ਨਹੀਂ ਦੂਜੇ ਸੂਬਿਆਂ 'ਚ ਕਿੱਥੇ ਕਿੱਥੇ ਇਨਕਮ ਟੈਕਸ ਸਰਕਾਰ ਦਿੰਦੀ ਹੈ, ਹੋ ਸਕਦਾ ਹੋਰ ਵੀ 2-4 ਸਾਰੇ ਸੂਬੇ ਹੋਣ, ਪਰ ਸਾਰੇ ਸੂਬਿਆਂ 'ਚ ਨਹੀਂ ਇਹ ਗੱਲ ਜੀ। ਕੁਝ ਸੂਬੇ ਹੈਗੇ ਆ ਜਿਨ੍ਹਾਂ 'ਚ ਨਹੀਂ ਦਿੱਤਾ ਜਾਂਦਾ। ਖਜ਼ਾਨੇ ਦੀ ਮਾੜੀ ਹਾਲਤ ਵੇਖ ਕੇ ਮੁੱਖ ਮੰਤਰੀ ਸਾਹਿਬ ਨੇ ਆਖਿਆ ਕਿ ਕਿਸਾਨ ਜਿਸ ਤਰ੍ਹਾਂ ਆਮ ਕਿਸਾਨ ਆ, ਜੇ ਤਾਂ ਉਹ ਹੋਵੇ ਤਾਂ ਵੱਖਰੀ ਗੱਲ ਆ। ਅਸੀਂ ਇਹ ਲੀਡਰ ਹਾਂ, ਵਿਧਾਇਕ ਹਾਂ, ਮੰਤਰੀ ਹਾਂ, ਅਸੀਂ ਘੱਟੋ ਘੱਟ ਆ 2-2, 4-4 ਹਜ਼ਾਰ ਰੁਪਏ ਦੀ ਜਿਹੜੀ ਸਬਸਿਡੀ ਆ ਬਿਜਲੀ ਦੀ, ਇਹੋ ਹੀ ਛੱਡ ਦਈਏ। ਇੱਕ ਐੱਮ ਐੱਲ ਏ ਨੇ ਛੱਡੀ ਹੈ, ਇੱਕ ਸ਼ਾਇਦ ਮੰਤਰੀ ਨੇ ਛੱਡੀ ਹੈ, ਇੱਕ ਮੁੱਖ ਮੰਤਰੀ ਨੇ ਛੱਡੀ ਹੈ ਜੀ, ਬਾਕੀਆਂ 'ਚੋਂ ਕਿਸੇ ਨੇ ਨਹੀਂ ਛੱਡੀ। ਜਿਹੜੇ 5-5 ਲੱਖ ਰੁਪਇਆ ਪੈਨਸ਼ਨ ਹੀ ਲਈ ਜਾ ਰਹੇ ਆ ਅਤੇ 2-2 ਲੱਖ ਰੁਪਇਆ ਨਾਲ ਐੱਮ ਐੱਲ ਏ ਤਨਖਾਹ ਲੈਂਦੇ ਆ, ਉਹਨਾਂ ਵੀ ਨਹੀਂ ਛੱਡੀ ਜੀ, ਕੋਈ ਵੀ ਨਹੀਂ ਛੱਡ ਰਿਹਾ, ਜਿੱਥੋਂ ਮਿਲਦਾ ਲਈ ਜਾਂਦੇ ਆ। ਇਹਨਾਂ ਸਾਰਿਆਂ ਦਾ ਹੱਥ ਇਸ ਪਾਸੇ ਆ, ਇੰਜ ਨਹੀਂ ਹੋਇਆ ਕਦੇ ਵੀ ਇਹ 'ਚ ਦਵਾਨੀ ਕਰਨ ਨਹੀਂ ਦਿੰਦੇ। ਆਉਣ ਜਾਣ ਦੇ ਜਿੰਨਾ ਇਹਨਾਂ ਸਬਰ ਕਰਨਾ ਉਹਦੇ ਹਿਸਾਬ ਨਾਲ ਇਹਨਾਂ ਨੂੰ ਭੱਤੇ ਮਿਲਣੇ ਆ ਜੀ। ਜੇ ਵਿਧਾਨ ਸਭਾ 'ਚ ਗਏ ਭਾਵੇਂ ਕੱਖ ਨਹੀਂ ਕੀਤਾ, 4 ਨਾਅਰੇ ਮਾਰ ਕੇ ਮੁੜਾਏ, ਉਹਦੇ ਵੀ ਭੱਤੇ ਮਿਲਣੇ ਆ। ਇੰਨੀਆਂ ਸਹੂਲਤਾਂ ਨੇ, ਇਹ ਸਹੂਲਤਾਂ, ਇਹ ਅੱਜ ਦੇ ਯੁੱਗ ਦੇ ਰਾਜੇ ਬਣੇ ਪਏ, ਰਾਜਿਆਂ ਵਾਲਾ ਕੰਮ ਖਤਮ ਹੋਣਾ ਚਾਹੀਦਾ। ਹੁਣ ਪਤਾ ਲੱਗਾ ਕਿ ਪੰਜਾਬ ਦੇ ਇਹਦੀ ਤਨਖਾਹਾਂ ਵਧਾਤੀਆਂ ਜੀ, ਮੈਂ ਦੱਸਦੀਆਂ ਤਨਖਾਹਾਂ ਵਧੀਆਂ ਨਹੀਂ ਹੈ ਜੀ ਜੀ। ਇੱਕ ਪ੍ਰਪੋਜ਼ਲ ਆ ਜਿਹਦੇ ਵਾਸਤੇ ਇੱਕ ਕਮੇਟੀ ਬਣੀ ਆ, ਉਸ ਕਮੇਟੀ ਨੇ ਤਨਖਾਹਾਂ ਵਧਾਉਣ ਦਾ ਫੈਸਲਾ ਕਰਨਾ, ਪਰ ਜਿੱਦਾਂ ਦੀ ਕਮੇਟੀ ਹੈ ਇਹਨਾਂ ਦੇ ਵਿੱਚੋਂ ਹੈ ਵਧਾ ਵੀ ਸਕਦੀ ਹੈ। ਉੱਦਾਂ ਇੱਥੇ ਹੀ ਨਹੀਂ, ਸਾਡੇ ਪਾਰਲੀਮੈਂਟ ਦੇ ਵਿੱਚ ਵੀ ਬਹੁਤ ਰੌਲਾ ਪੈਂਦਾ। ਇੱਥੇ ਰਾਜ ਸਭਾ ਦੇ ਵਿੱਚ ਇੱਕ ਅਗਰਵਾਲ ਆ, 3-4 ਪਾਰਟੀਆਂ ਬਦਲ ਚੁੱਕਾ ਜੀ। ਆ 4-5 ਮਹੀਨੇ ਪਹਿਲਾਂ ਦੀ ਗੱਲ ਹੈ, ਸਮਾਜਵਾਦੀ ਪਾਰਟੀ ਨੂੰ ਛੱਡ ਕੇ ਅਤੇ ਬੀਜੇਪੀ 'ਚ ਆ ਗਿਆ। ਉਹ ਹੁਣ ਇੱਥੇ ਆ ਕੇ ਆਖੀ ਜਾਂਦਾ ਤਨਖਾਹਾਂ ਵਧਾਉਣੀਆਂ ਚਾਹੀਦੀਆਂ ਪਾਰਲੀਮੈਂਟ ਮੈਂਬਰਾਂ ਦੀਆਂ, ਬਹੁਤ ਘੱਟ ਨੇ ਜੀ। ਕੀ ਘੱਟ ਨੇ? 2-3 ਲੱਖ ਰੁਪਇਆ ਮਹੀਨੇ ਤਨਖਾਹ ਮਿਲਦੀ ਹੋਵੇ, ਭੱਤੇ ਮਿਲਦੇ ਹੋਣ, ਟੈਲੀਫੋਨ 500 ਰੁਪਈਏ 'ਚ ਅਨਲਿਮਿਟਡ ਪੈਕ ਮਿਲ ਜਾਂਦਾ, ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਓ ਜੀ, ਅਤੇ ਫਿਰ ਵੀ 1,000 ਰੁਪਏ ਇਸ ਗੱਲ ਦੇ ਮਿਲਦੇ ਹੋਣ ਕਿ ਤੁਹਾਨੂੰ ਟੈਲੀਫੋਨ ਬਹੁਤ ਕਰਨਾ ਪੈਂਦਾ, ਉਹ ਪਤਾ ਨਹੀਂ ਕਾਹਦੇ ਲਈ ਮਿਲ ਰਿਹਾ। ਇੰਟਰਨੈੱਟ ਅੱਜ ਕੱਲ੍ਹ ਫ੍ਰੀ ਮਿਲਣ ਪਏ, ਜਦੋਂ ਇਹ ਪਾਰਲੀਮੈਂਟ 'ਚ ਜਾਂਦੇ ਆ ਜੀ ਉੱਥੇ ਆਪਣਾ ਇੰਟਰਨੈੱਟ ਨਹੀਂ ਵਰਤਦੇ, ਸਾਰੇ ਵਾਈਫਾਈ ਵਰਤਦੇ ਆ। ਜਿੰਨੇ ਸਰਕਾਰੀ ਦਫ਼ਤਰ ਨੇ ਹੋਣਾ ਵਾਈਫਾਈ ਵਰਤਣਾ, ਘਰ 'ਚ ਫੋਨ ਲੱਗਾ ਉਹਦਾ ਵਾਈਫਾਈ ਵਰਤਣਾ, ਡਾਟਾ 'ਤੇ ਵਰਤਦੇ ਕੋਈ ਨਹੀਂ ਜੀ। ਜੇ ਇਹਨਾਂ ਨੇ ਰੇਲ ਗੱਡੀ 'ਤੇ ਚੜ੍ਹਨਾ, ਰਾਜਧਾਨੀ ਐਕਸਪ੍ਰੈਸ ਤੱਕ ਹਰ ਗੱਡੀ ਦੇ ਵਿੱਚ ਏਸੀ ਫਸਟ ਕਲਾਸ ਵਿੱਚ ਇਹਨਾਂ ਦੀ ਆਪਣੀ ਸੀਟ ਫਰੀ ਆ, ਇਹਨਾਂ ਦੇ ਨਾਲ ਭਾਵੇਂ ਕੋਈ PA ਹੋਵੇ, ਭਾਵੇਂ ਪਤਨੀ ਹੋਵੇ, ਭਾਵੇਂ ਕੋਈ ਰਿਸ਼ਤੇਦਾਰ ਹੋਵੇ, ਭਾਵੇਂ ਕੋਈ 7 ਬਗਾਨਾ ਹੋਵੇ, ਉਹਦੀ ਟਿਕਟ ਫਰੀ ਹੈ ਜੀ। ਜਹਾਜ਼ਾਂ ਦੀਆਂ ਇੱਕ ਹੱਦ ਤੱਕ ਟਿਕਟਾਂ ਫਰੀ ਨੇ ਜੀ। ਡਾਕਟਰੀ ਇਲਾਜ ਇਹਨਾਂ ਦਾ ਆਪਣਾ ਫਰੀ ਹੈ, ਇਹਨਾਂ ਦੀ ਪਤਨੀ ਜਾਂ ਪਤੀ ਜੀ, ਜੇ ਲੇਡੀ ਹੈ ਤਾਂ ਉਹਦਾ ਪਤੀ, ਉਹਦਾ ਇਲਾਜ ਫਰੀ ਹੈ। ਇਹਨਾਂ ਦੇ ਮਾਂ ਅਤੇ ਬਾਪ ਦਾ ਇਲਾਜ ਫਰੀ ਹੈ। ਇਹਨਾਂ ਦੇ ਜਿਹੜੇ
ਬੱਚੇ ਨਾਬਾਲਿਗ ਹੋਣਗੇ ਜੇ ਅਡਲਟ ਨਹੀਂ ਹੋਏ ਜੀ, ਉਹਨਾਂ ਦਾ ਇਲਾਜ ਫਰੀ ਹੈ, ਉਹ ਵੀ ਇਹਨਾਂ ਨੂੰ ਮਿਲਦਾ। ਹੋਰ ਇਹਨਾਂ ਨੂੰ ਕੀ ਚਾਹੀਦਾ? ਜਿੰਨੀਆਂ ਚੀਜ਼ਾਂ ਸਬਸਿਡਾਈਜ਼ ਨੇ, ਇੱਕ ਰਾਜ ਸਭਾ ਦੇ ਵਿੱਚ ਬੀਬੀ ਹੁੰਦੀ ਸੀ, ਬਾਅਦ 'ਚੋਂ ਗਵਰਨਰ ਵੀ ਚਲੀ ਗਈ, ਇਹ ਪਤਾ ਲੱਗਾ ਸੀ ਕਿ ਉਹਦੇ ਘਰ ਖਾਣਾ ਵੀ ਪਾਰਲੀਮੈਂਟ ਦੀ ਕੰਟੀਨ 'ਚੋਂ ਇਸ ਕਰਕੇ ਜਾਂਦਾ ਕਿ ਜਿਹੜਾ ਖਾਣਾ ਜੇ ਬਾਜ਼ਾਰ ਵਿੱਚੋਂ ਕਿਤੋਂ ਮੰਗਾਵੇ ਜੀ, ਅਤੇ ਉਹ 500 ਰੁਪਈਏ ਵਾਲੀ ਪਲੇਟ ਪਾਰਲੀਮੈਂਟ 'ਚੋਂ 50 ਰੁਪਈਆਂ 'ਚ ਮਿਲ ਜਾਂਦੀ ਹੈ ਚਿਕਨ ਦੀ ਵੀ ਜੀ, ਇਸ ਕਰਕੇ ਇੱਥੋਂ ਸਸਤਾ ਜਾਣ ਲੱਗ ਪਿਆ ਸੀ। ਔਰ ਇੰਡੀਅਨ ਐਕਸਪ੍ਰੈਸ ਨੇ ਇੱਕ ਪੂਰੀ ਰਿਪੋਰਟ ਛਾਪੀ ਸੀ ਕਿ ਉਹਦੇ ਘਰ ਸਾਰਾ ਖਾਣਾ ਇੰਨੇ ਜਾਂਦਾ ਰਿਹਾ, ਔਰ ਇੱਕ ਰਾਜ ਸਭਾ ਦੇ ਡਿਪਟੀ ਚੇਅਰਪਰਸਨ ਵਾਸਤੇ ਵੀ ਇਹੋ ਜਿਹੀ ਰਿਪੋਰਟ ਛਪ ਗਈ ਸੀ ਜੀ। ਜੇ ਇੰਨੀਆਂ ਇੰਨੀਆਂ ਸਹੂਲਤਾਂ ਲੈ ਰਹੇ ਆ, ਖਜ਼ਾਨੇ ਨੂੰ ਕੁੰਡੀ ਲਾਈ ਆ, ਇੱਕ ਪਾਸੇ ਤੋਂ ਖਜ਼ਾਨੇ ਨੇ ਮੋਰੀ ਕਰਕੇ ਥੱਲੇ ਬੁੱਕ ਕੀਤਾ, ਬਸ ਪੀ ਜਾ ਰਹੇ ਜੀ, ਉਹ ਬੰਦ ਹੋਣਾ ਚਾਹੀਦਾ ਜੀ। ਲੋਕਾਂ ਨੂੰ ਇਹੋ ਜਿਹੀ ਗੱਲ ਦੇ ਉੱਤੇ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਸਾਡੇ ਚੁਣੇ ਨੁਮਾਇੰਦੇ ਇਸ ਤਰ੍ਹਾਂ ਕਿਉਂ ਕਰਦੇ। ਬਿਲਕੁਲ ਸਹੀ ਕਹਾ ਮਨੋ ਸਭਾ। ਆਖਰੀ ਸਵਾਲ ਮੈਂ ਹੈ ਤਾਂ ਅਜੀਬ ਜਿਹਾ, ਪਰ ਮੈਂ ਚਾਹੁੰਦਾ ਚਲੋ ਆਪਾਂ ਗੱਲ ਕਰ ਲਈਏ। ਪਾਕਿਸਤਾਨ ਦੇ ਵਿੱਚ ਇੱਕ ਰਿਪੋਰਟ ਆਈ ਹੈ ਜੀ, ਕਹਿੰਦੇ ਦੁਨੀਆ ਦਾ ਤੀਸਰੇ ਨੰਬਰ ਦਾ ਮੁਲਕ ਬਣ ਗਿਆ ਜਿਹੜੇ ਗਧਿਆਂ ਦੀ ਗਿਣਤੀ ਦੇ ਵਿੱਚ, ਅਤੇ ਉੱਥੋਂ ਦੀ ਮੇਰਾ ਖਿਆਲ ਸਰਕਾਰ ਕਹਿੰਦੇ ਗਧੇ ਪਾਲਣ ਪੂਲਣ ਵਾਲੇ ਪਾਸੇ ਬੜਾ ਧਿਆਨ ਦੇ ਰਹੀ ਹੈ, ਇਹ ਕਿੱਧਰ ਨੂੰ ਤੁਰ ਪਏ ਜੀ ਗੁਆਂਢੀ ਆਪਣੇ? ਆਪਣੇ ਵਾਸਤੇ ਨਹੀਂ ਕਰ ਰਹੇ ਜੀ, ਆਪਣੀ ਲੋੜ ਜੋ ਕਿ ਗਧੇ ਤਾਂ ਉਹਨਾਂ ਕੋਲ ਉੱਦਾਂ ਹੀ ਬਥੇਰੇ ਆ। ਅੱਛਾ ਜੀ, ਇਹ ਇਸ ਵੇਲੇ ਕਾਰੋਬਾਰ ਕਰਨ ਲੱਗੇ ਆ। ਅੱਛਾ ਜੀ, ਚੀਨ ਦੀ ਸਰਕਾਰ ਨੂੰ ਗਧੇ ਚਾਹੀਦੇ ਆ। ਅੱਛਾ ਜੀ, ਅੱਗੇ ਉਹ ਨਾਈਜੀਰੀਆ 'ਚੋਂ, ਦੋ ਤਿੰਨ ਹੋਰ ਦੇਸ਼ਾਂ 'ਚੋਂ, ਅਫਰੀਕਾ 'ਚੋਂ ਗਧੇ ਮੰਗਵਾਉਂਦੇ ਸੀ ਜੀ। ਚੀਨ ਦੇ ਵਿੱਚ ਜਿਹੜੇ ਸਾਇੰਸਦਾਨ ਆ ਉਹਨਾਂ ਨੇ ਖੋਜ ਕੀਤੀ ਹੈ ਕਿ ਗਧੇ ਦੀ ਖੱਲ ਜਿਹੜੀ ਆ ਉਹ ਜ਼ਿਆਦਾ ਲਾਭਕਾਰੀ ਆ, ਉਹਨੂੰ ਕਈਆਂ ਚੀਜ਼ਾਂ ਵਾਸਤੇ ਵਰਤਦੇ ਆ। ਗਧੇ ਦਾ ਖੂਨ ਜਿਹੜਾ ਉਹਦੀ ਕਈ ਦਵਾਈਆਂ 'ਚ ਅਤੇ ਕਈ ਹੋਰ ਕੰਮਾਂ ਵਾਸਤੇ ਵਰਤੋਂ ਕੀਤੀ ਜਾਂਦੀ ਆ। ਗਧੇ ਦਾ ਮਾਸ ਉੱਥੇ ਦੇ ਲੋਕ ਬਹੁਤ ਸਵਾਦ ਨਾਲ ਖਾਂਦੇ ਆ। ਅੱਛਾ ਜੀ, ਇਹ ਹੁਣ ਆਪੋ ਆਪਣੇ ਟੇਸਟ ਹੁੰਦੇ, ਆਪੋ ਆਪਣੇ ਚਸਕੇ ਹੁੰਦੇ ਆ। ਇੱਥੋਂ ਤੱਕ ਕਿ ਸਾਡੇ ਪੰਜਾਬ 'ਚ ਸਿਲਾਜੀਤ ਲੋਕ ਗੋਲੀਆਂ ਲੈਂਦੇ ਫਿਰਦੇ ਆ ਜੀ, ਤਾਕਤ ਦੇ ਬਾਦਸ਼ਾਹ ਇੱਥੇ ਗਲੀ ਗਲੀ 'ਚ ਦਫ਼ਤਰ ਖੋਲ੍ਹ ਕੇ, ਹਸਪਤਾਲ ਖੋਲ੍ਹ ਕੇ ਬੈਠੇ ਆ ਜੀ। ਚੀਨ ਦੇ ਵਿੱਚ ਇਹ ਦਵਾਈ ਵੀ ਗਧੇ ਅਤੇ ਖੂਨ ਤੋਂ ਬਣਦੀ ਆ ਜੀ, ਔਰ ਉੱਥੋਂ ਦੀ ਸਰਕਾਰ ਇਹ ਸਭ ਕੁਝ ਬਾਹਰੋਂ ਮੰਗਵਾ ਰਹੀ ਹੈ। ਜਿਹੜੇ ਅਫਰੀਕੀ ਦੇਸ਼ਾਂ ਤੋਂ ਮੰਗਵਾਉਂਦੇ ਸੀ ਉੱਥੇ ਰੌਲਾ ਪੈ ਗਿਆ, ਜੀਵ ਹੱਤਿਆ ਕਰਨ ਵਾਸਤੇ ਗਧੇ ਭੇਜ ਜਾਂਦੇ। ਜੇ ਜੀਵ ਹੱਤਿਆ, ਇਹ ਜੀਵ ਹੱਤਿਆ ਜਿਹੜੇ ਤੁਸੀਂ ਬੱਕਰੇ ਮਾਰ ਕੇ ਖਾਂਦੇ ਹੋ, ਜੀਵ ਹੱਤਿਆ ਨਹੀਂ ਜੀ, ਮੁਰਗੇ ਮਾਰ ਕੇ ਖਾਂਦੇ ਹੋ, ਜੀਵ ਹੱਤਿਆ ਨਹੀਂ। ਉਹਨਾਂ ਨੇ ਪਾਬੰਦੀ ਲਾ ਦਿੱਤੀ। ਉੱਦਾਂ ਵੀ ਚੀਨ ਵਾਲਿਆਂ ਨੂੰ ਦੂਰ ਤੋਂ ਛਿਪ ਦੇ ਉੱਤੇ ਸਮੁੰਦਰੀ ਜਹਾਜ਼ 'ਤੇ ਮੰਗਾਉਣੇ ਮਹਿੰਗੇ ਪੈਂਦੇ ਸੀ ਜੀ। ਉਹਨਾਂ ਨੇ ਪਾਕਿਸਤਾਨ ਵਾਲਿਆਂ ਨੂੰ ਆਖਿਆ, ਐਡੀ ਵੱਡੀ ਤੁਹਾਨੂੰ ਸੜਕ ਬਣਾ ਕੇ ਦਿੱਤੀ ਆ, ਵਨ ਬੈਲਟ ਵਨ ਰੋਡ, ਅਤੇ ਤੁਸੀਂ ਸਾਨੂੰ ਚਾਰ ਗਧੇ ਨਹੀਂ ਕਰ ਸਕਦੇ? ਜਿਹਨੇ ਆਖਿਆ ਜੀ ਤੁਸੀਂ ਹੁਕਮ ਤਾਂ ਕਰੋ, ਇਹੋ ਹੀ ਤਾਂ ਚੀਜ਼ ਜਿਹੜੀ ਸਾਡੇ ਕੋਲ ਸਭ ਤੋਂ ਵੱਧ ਆ। ਉਹ ਪਹਿਲਾਂ 2 ਸਾਲ ਪਹਿਲਾਂ ਉਹਨਾਂ ਕੋਲ 2 ਲੱਖ ਗਧੇ ਹੁੰਦੇ ਸੀ ਜੀ, ਅਗਲੇ ਸਾਲ ਤੱਕ 2.5 ਹੋਏ, ਇਸ ਵਾਰੀ 3.5 ਲੱਖ ਹੋ ਗਏ। ਹੁਣ ਪਤਾ ਲੱਗਾ ਕਿ ਉਹ ਗਧੇ ਚੀਨ ਨੂੰ ਜਾਣ ਲੱਗ ਪਏ ਜੀ। ਪਰ ਜੇ ਉਹ ਕਰ ਸਕਦੇ ਆ ਤਾਂ ਅਸੀਂ ਪੰਜਾਬ ਵਾਲੇ ਨਹੀਂ ਕਰ ਸਕਦੇ? ਅਸੀਂ ਗਧੇ ਨਾ ਕਰੀਏ ਜੀ, ਕੁਛ ਹੋਰ ਚੀਜ਼ਾਂ ਹੁੰਦੀਆਂ ਜੀ। ਅਸੀਂ ਪੰਜਾਬ ਵਿੱਚ ਬੈਠੇ ਹਾਂ, ਆਮ ਤੌਰ 'ਤੇ ਸਾਡੇ ਲੋਕ ਬੱਕਰੇ ਦਾ ਮਾਸ ਖਾਂਦੇ ਆ ਜੀ, ਭੇਡੂ ਦਾ ਖਾ ਲੈਂਦੇ ਆ, ਸੂਰ ਦਾ ਖਾਂਦੇ ਆ, ਮੁਰਗੇ ਦਾ ਖਾਂਦੇ ਆ, ਤਿੱਤਰ ਖਾਣ ਵਾਲੇ ਵੀ ਆ। ਸਾਡਾ ਇੱਕ ਸਾਬਕਾ ਮੁੱਖ ਮੰਤਰੀ ਹੁੰਦਾ ਸੀ, ਤਿੱਤਰ ਹੀ ਖਾਂਦਾ ਸੀ ਜੀ। ਇਹ ਵਾਲਿਆਂ ਨੂੰ ਗਿਫਟ ਆਇਆ ਜੀ? ਨਹੀਂ, ਉਹ ਤਾਂ ਸਿਰਫ ਗਿਫਟ ਆਇਆ ਨਾ, ਤਿੱਤਰ ਖਾਣ ਵਾਲੇ ਹੋਰ ਜੀ। ਅੱਛਾ, ਉਹ ਛੱਡੋ, ਪਰ ਸਾਡੇ ਪਿੰਡਾਂ 'ਚ ਇੱਕ ਜਾਤੀ ਇਹੋ ਜਿਹੀ ਹੈ ਜਿਹੜੀ ਬਿੱਲਾ ਮਾਰ ਕੇ ਖਾਂਦੀ ਹੈ ਜੀ, ਬਿੱਲੀ ਮਾਰ ਕੇ ਖਾਂਦੀ ਹੈ ਜੀ, ਇੱਕ ਲੋਕ ਇਹੋ ਜਿਹੜੇ ਗਲੜ ਮਾਰ ਕੇ ਖਾਂਦੇ ਆ ਜੀ। ਇੱਦਾਂ ਦੀਆਂ ਕਈ ਕਿਸਮਾਂ ਨੇ। ਰਾਜਸਥਾਨ ਚਲ ਜਾਓ, ਉੱਥੇ ਕੁਝ ਜਾਤੀਆਂ ਨੇ ਜਿਹੜੀਆਂ ਊਠ ਦਾ ਦੁੱਧ ਪੀਂਦੀਆਂ ਨੇ ਅਤੇ ਊਠ ਦਾ ਮਾਸ ਖਾਂਦੀਆਂ ਨੇ ਜੀ। ਰੂਸ ਵਗੈਰਾ ਚਲ ਜਾਓ, ਕੁਝ ਦੇਸ਼ ਇਹੋ ਜਿਹੇ ਦੁਨੀਆਂ 'ਚ ਜਿੱਥੇ ਘੋੜਾ ਖੇਤੀ ਕਰਨ ਵਾਸਤੇ ਵੀ ਵਰਤਿਆ ਜਾਂਦਾ, ਘੋੜੀ ਦਾ ਦੁੱਧ ਲੈ ਕੇ ਉਹਦੇ 'ਚ ਕਿਸ਼ਮਿਸ਼ ਜਾਂ ਕਿਊਮਿਸ ਸਮਥਿੰਗ ਇਸ ਤਰ੍ਹਾਂ ਦੇ ਕੋਈ ਬਣਾਉਂਦੇ ਆ ਜੀ, ਉਹ ਵੀ ਖਾਣ ਵਾਲੀ ਚੀਜ਼ ਹੁੰਦੀ ਹੈ, ਅਤੇ ਉਹਦਾ ਘੋੜੇ ਦਾ ਮਾਸ ਵੀ ਖਾਂਦੇ ਨੇ ਜੀ। ਸਾਡੇ ਭਾਰਤ ਦੀ ਇੱਕ ਨੁੱਕਰ 'ਚ ਇਹੋ ਜਿਹੇ ਲੋਕ ਨੇ ਜਿਹੜੇ ਕੁੱਤਾ ਖਾਂਦੇ ਆ ਜੀ। ਪਿਛਲੇ ਸਾਲ 2017 ਦੀਆਂ ਚੋਣਾਂ 'ਚ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ, ਨਾਗਾਲੈਂਡ ਤੋਂ ਥੋੜ੍ਹੀ ਫੋਰਸ ਆਈ ਜੀ, ਉਹਨਾਂ ਨੇ ਆ ਕੇ ਇੱਥੋਂ ਦੀ ਪੁਲਿਸ ਨੂੰ ਆਖਿਆ ਜੀ ਸਾਨੂੰ ਆਹ ਚੀਜ਼ਾਂ ਚਾਹੀਦੀਆਂ, ਆਪਣੀਆਂ ਰਿਕੁਆਇਰਮੈਂਟਸ ਦੱਸੀਆਂ, ਅਤੇ ਉਹਦੇ ਜਦੋਂ ਇਹ ਲਿਖਿਆ ਕਿ ਸਾਨੂੰ ਕੁੱਤੇ ਦਾ ਮਾਸ ਚਾਹੀਦਾ, ਇਹ ਹੁਣ ਪੁਲਿਸ ਹੈੱਡਕੁਆਰਟਰ 'ਚ ਲੋਕ ਗੱਲਾਂ ਕਰਦੇ ਜੀ, ਇਹਨੇ ਆਖਿਆ ਜੀ ਅਸੀਂ ਪ੍ਰੋਵਾਈਡ ਨਹੀਂ ਕਰ ਸਕਦੇ। ਉਹ ਨਾਰਥ ਈਸਟ ਵਿੱਚੋਂ ਆਏ ਸਨ ਕੁਝ ਲੋਕ ਜੀ, ਅਤੇ ਉਹ ਖਾਂਦੇ ਆ ਕੁੱਤੇ ਦਾ ਮਾਸ, ਇਹ ਕਿਹੜੀ ਗੱਲ? ਉਹ ਜਿੱਥੇ ਜਿੱਥੇ ਲੱਗੇ ਸੀ ਉਹਨਾਂ ਨੂੰ ਤਾਂ ਫਿਰ ਮੌਜ ਵੱਜ ਗਈ ਕਿ ਇੱਥੇ ਕੁੱਤਾ ਖਰੀਦਣਾ ਹੀ ਨਹੀਂ ਪੈਂਦਾ, ਉੱਦਾਂ ਹੀ ਗਲੀ ਗਲੀ 'ਚ। ਅਤੇ ਜੇ ਸਾਡੇ ਕੋਲ ਇੰਨੇ ਜ਼ਿਆਦਾ ਆ ਤਾਂ ਮੇਨਕਾ ਗਾਂਧੀ ਨੂੰ ਪੁੱਛਣ ਜ਼ਰੂਰ ਜਾਣਾ ਜੀ। ਅਜੇ 3 ਦਿਨ ਪਹਿਲਾਂ ਦੀ ਗੱਲ ਹੈ, ਸਾਡੇ ਪੰਜਾਬ 'ਚ ਇੱਕ ਨੌਜਵਾਨ ਮੁੰਡਾ ਤੁਰਿਆ ਜਾਂਦਾ, ਕੁੱਤਿਆਂ ਨੇ ਘੇਰ ਲਿਆ ਮਾਛੀਵਾੜੇ ਦੇ ਲਾਗੇ ਜੀ ਜੀ, ਕੋਈ ਜੰਗਲ ਵਿੱਚ ਨਹੀਂ, ਅਤੇ ਬਾਅਦ ਵਿੱਚ ਉਹਦਾ ਸਿਰ ਵੀ ਖਾਧਾ ਗਿਆ, ਲੱਤਾਂ ਬਾਹਾਂ ਵੀ ਖਾਧੀਆਂ ਗਈਆਂ,
ਸਿਰਫ ਕੱਪੜਿਆਂ ਤੋਂ ਮਾੜੀ ਮੋਟੀ ਪਛਾਣ ਹੋਈ ਹੈ ਅਤੇ ਲੋਕਾਂ ਨੇ ਕੁੱਤਿਆਂ ਨੂੰ ਡਾਂਗਾਂ ਨਾਲ ਕੁੱਟ ਕੁੱਟ ਕੇ ਪੱਥਰ ਮਾਰ ਮਾਰ ਕੇ ਭਜਾਇਆ, ਰਹਿੰਦ ਖੂੰਹਦ ਇਕੱਠੀ ਕੀਤੀ ਹੈ ਜੀ। ਅਤੇ ਜੇ ਪੰਜਾਬ ਵਿੱਚ ਕੁੱਤਿਆਂ ਦਾ ਇੰਨਾ ਵੱਡਾ ਗੰਭੀਰ ਸੰਕਟ ਆਇਆ ਪਿਆ, ਸੰਕਟ ਤਾਂ ਹੋਰ ਵੀ ਵਾਰਾ ਪਸ਼ੂਆਂ ਦਾ ਕਈ ਕਿਸਮ ਦਾ ਜੀ ਜੀ, ਪਰ ਇਹ ਹੈਗਾ ਕਿ ਤੁਸੀਂ ਬਾਹਰ ਇਹ ਕਹਿੰਦੇ ਅਸੀਂ ਖਾੜੀ ਦੇ ਦੇਸ਼ਾਂ ਨੂੰ ਗੋਭੀ ਐਕਸਪੋਰਟ ਕਰਨੀ ਆ, ਅਜੇ ਭਾਰਤ ਦੀ ਇੱਕ ਨੁੱਕਰ ਵਿੱਚ ਕੁੱਤੇ ਚਾਹੀਦੇ ਆ, ਪਹਿਲਾਂ ਇਹੋ ਕਰਨੇ ਸ਼ੁਰੂ ਕਰ ਦਿਓ। ਪਾਕਿਸਤਾਨ ਵਾਲੇ ਸਾਡੇ ਨਾਲ ਸਿਆਣੇ ਆ, ਜਿਨ੍ਹਾਂ ਨੇ ਆਖਿਆ ਕਿ ਗਧੇ ਤਾਂ ਪਹਿਲਾਂ ਬਥੇਰੇ ਆ ਅਤੇ ਗਧੇ ਉੱਥੇ ਘੱਲ ਦਿਓ ਚੀਨ ਨੂੰ, ਉਹ ਗਧੇ ਲੱਗ ਪਏ ਘੱਲਣ ਜੀ। ਅਤੇ ਇੱਕ ਦਿਨ ਇੱਕ ਵੀਡੀਓ ਵੀ ਆਈ ਸੀ ਕਿ ਇੱਕ ਗਧੇ ਨੂੰ ਬੱਸ ਦੀ ਡਿੱਗੀ 'ਚ ਉੱਥੇ ਵਾੜਿਆ ਜਾ ਰਿਹਾ, ਗਧਾ ਬਾਹਰ ਆਉਂਦਾ ਫਿਰ ਵਾੜਦੇ ਆ, ਅਤੇ ਜੇ ਉਹਨਾਂ ਕੋਲ ਵਾਧੂ ਉੱਥੇ ਚੀਨ ਨੂੰ ਭੇਜ ਕੇ ਪੈਸੇ ਕਮਾਉਣ ਲੱਗੇ ਤਾਂ ਕੁਝ ਪੰਜਾਬ ਵਾਲਿਆਂ ਨੂੰ ਵੀ ਸੋਚ ਲੈਣਾ ਚਾਹੀਦਾ, ਖਜ਼ਾਨੇ ਬਾਰੇ ਸੋਚਣ ਜੀ। ਮਨੂ ਸਾਹਿਬ ਤੁਸੀਂ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਗੱਲਾਂ ਬਾਤਾਂ ਤੁਸੀਂ ਪਸੰਦ ਕਰਦੇ ਹੋਵੋਗੇ। ਫਿਲਹਾਲ ਦੋ ਇਜਾਜ਼ਤ, ਗੁਰਪ੍ਰੀਤ ਸੰਧਾਂ ਵਾਲੀ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।